मोगा के बुकानवाला रोड पर रहने वाले गुरचरण सिंह पिछले कई सालों से अमेरिका में रहते थे और यहाँ मोगा में वे उनके कोठी थी जो कि उसकी चाबी वे अपने रिश्तेदार को देके गए थे ताकि पीछे से वे उसके घर की देखरेख कर सके। लेकिन उन्हें क्या पता था कि जब वे वापस लौटेंगे तो कुछ ऐसा होगा जो उन्होंने कभी सोचा भी नहीं होगा। दरअसल दो दिन पहले जब वो अमेरिका से घर लौटे और रिश्तेदार से चाबी मांगी तो उसने चाबी देने से इनकार कर दिया और कहा कि ये कोठी अब उनकी नहीं है, जिस वजह से NRI दो दिन से घर के बाहर बैठकर ही गुजारा कर रहा है। हालांकि गुरचरण के नाम पर बिजली के मीटर चल रहे हैं और प्रॉपर्टी टैक्स भी उसी के नाम है, हर साल वे प्रॉपर्टी टैक्स उतारता है। इस मामले पर जो है गुरचरण सिंह ने शिकायत दर्ज करवाई है और कहा है कि उनके रिश्तेदार इकबाल सिंह ने उनके घर पर कब्जा कर लिया गया है। थाने में दोनों पार्टियों को बुलाया गया। इकबाल सिंह का कहना है कि मालिक वो है क्योंकि गुरचरण सिंह की माता ने घर इकबाल सिंह के नाम कर दिया है, जबकि दूसरी तरफ गुरचरण सिंह ने कहा कि घर उनके पिताजी के नाम पर था और बाद में उसके नाम हो गया। इस मामले पर पुलिस ने कहा कि दोनों पार्टियों के सबूत के आधार पर ही कार्रवाई की जाएगी। अमेरिका तो आए हैं जी, रोला की है जी, साड़ी वो कोठी थी मेरी, तो मैं जब घर आया तो मैं वो मुंडे तो चाबियां मंगिया, चाबियां कितने आ आप, वो बाहर खेतों के कोठी पाई उत्थे रहा वा, तो इतने कोई नहीं रहा, तो मैं वो चाबियां लैन गया, पहला मुंडे को भेजा भी चाबियां लै, वो कहना भी उनके आप आके लै जी, जो मैं घर गया कहना इतना चाबियां देनिया भी मेरा कब्जा है मैं छड़नी नहीं कोठी। ਕੌਣ ਰਹਿੰਦਾ ਕੌਣ ਜੀ ਇੱਥੇ? ਹੁਣ ਕੋਈ ਨਹੀਂ ਸੀ, ਹੁਣ ਤਾਂ ਵਿਹਲੀ ਸੀਗੀ। ਚਾਬੀਆਂ ਕਿਹਦੇ ਕੋਲ? ਚਾਬੀਆਂ ਇਕਬਾਲ ਸਿੰਘ ਕੋਲ ਆ। ਉਹ ਕੌਣ ਹੈ? ਇਕਬਾਲ ਗਾਂ ਰਿਸ਼ਤੇਦਾਰੀਆਂ ਚੋਂ। ਤੁਹਾਡੇ ਰਿਸ਼ਤੇਦਾਰ ਕੀ? ਗਾਂ ਬੀਬੀ ਦੀਆਂ ਰਿਸ਼ਤੇਦਾਰ, ਮੇਰੀ ਰਿਸ਼ਤੇਦਾਰੀ ਚਲੀ ਸਾਡੀ ਮਾਤਾ ਦੇ। ਉਹਦੇ ਕੋਲ ਚਾਬੀਆਂ ਕਿਉਂ ਆ ਗਈਆਂ? ਉਹ ਇੱਥੇ ਪਹਿਲਾਂ ਰਹਿੰਦੇ ਰਹੇ ਨਾ, ਅਸੀਂ ਇਕੱਠੇ ਰਹਿੰਦੇ ਰਹੇ ਇੱਥੇ, ਬਹੁਤ ਚਿਰ ਦਾ ਸਾਡੇ ਨਾਲ ਰਹਿੰਦਾ ਰਿਹਾ, ਕੋਈ ਕਿਰਾਇਆ ਨੀਗਾ, ਅਸੀਂ ਆਪ ਹੀ ਉਹਨੂੰ ਪੈਸੇ ਦਿੰਦੇ ਰਹੇ ਹਾਂ, ਹਰ ਇੱਕ ਹੱਥ ਦੇ ਦਾਣੇ ਵੀ ਦਿੱਤੇ, ਦੁੱਧ ਵੀ ਦਿੱਤਾ, ਸਾਰਾ ਕੁਝ ਦਿੱਤਾ ਉਹਨੂੰ। ਕਿਸੇ ਨੂੰ ਮਾਲਕੀ ਨਹੀਂ ਦਿੱਤੀ, ਮਾਲਕੀ ਪਹਿਲਾਂ ਪਿਓ ਦੇ ਨਾਂ ਸੀ, ਮੁੜ ਕੇ ਸਾਰਾ ਕੁਛ ਮੇਰੇ ਕੋਲ ਸੀ ਉਹਦਾ। ਤੁਹਾਡੇ ਨਾਂ ਤੇ ਕੀ ਹੈ? ਮੇਰੇ ਨਾਂ ਤੇ ਆ, ਮੀਟਰ ਵੀ ਮੇਰੇ ਨਾਂ ਤੇ ਆ, ਪ੍ਰੋਪਰਟੀ ਟੈਕਸ ਮੈਂ ਦਿੰਦਾ ਵਾ, ਜਿਹਦਾ ਨਕਸ਼ਾ ਮੇਰੇ ਨਾਂ ਤੇ ਪਾਸ ਹੋਇਆ। ਕਿੰਨੀ ਦੇਰ ਤੋਂ ਰਹਿੰਦਾ ਇੱਥੇ? ਉਹ ਸਾਡੇ ਨਾਲ ਹੀ ਸੀਗਾ, ਉਦੋਂ 20 ਸਾਲਾਂ ਦਾ ਰਹਿੰਦਾ ਸੀ, 20-22 ਸਾਲ ਦਾ, ਇੱਥੇ ਨਿੱਕਾ ਜਿਹਾ ਹੁੰਦਾ ਆਇਆ ਸੀਗਾ। ਇਕੱਠੇ ਰਹਿੰਦੇ ਸੀ? ਹਾਂਜੀ ਇਕੱਠੇ ਰਹਿੰਦੇ, ਨਿੱਕੇ ਨਿੱਕੇ ਜਵਾਕ ਸੀ, ਹੁਣ ਤਾਂ ਬਹੁਤ ਵੱਡੇ ਹੋ ਗਏ, ਸਾਰਾ ਖਰਚਾ ਵਾਸਤੇ ਉੱਥੇ ਉਹਨਾਂ ਕੋਲ ਕੁਛ ਨਹੀਂ ਸੀਗਾ ਉਦੋਂ ਜਦੋਂ ਇੱਥੇ ਲਿਆਂਦੇ ਆ। ਪਹਿਲਾਂ ਕਦੋਂ ਆਏ ਸੀ ਤੁਸੀਂ? ਆ ਪਿਛਲੇ ਸਾਲ 8 ਮਹੀਨੇ ਹੋ ਗਏ ਨਾ ਆਏ ਨੂੰ, ਇਸੇ ਕੋਠੀ ਦੇ ਵਿੱਚ ਰਿਹਾ ਮੈਂ। ਤੁਹਾਡਾ ਕੋਈ ਸਮਾਨ ਵੀ ਪਿਆ? ਅੰਦਰ ਸਮਾਨ ਸਾਰਾ ਕੁਛ ਹੀ ਪਿਆ ਜੀ ਮੇਰਾ। ਚਾਬੀ ਵਗੈਰਾ ਦੱਸੋ ਜੀ। ਚਾਬੀਆਂ ਮੇਰੇ ਕੋਲ, ਕਮਰੇ ਦੀਆਂ ਚਾਬੀਆਂ ਕੱਲੀਆਂ ਮੇਰੇ ਕੋਲ ਆ ਗਿਆ। ਟੀ ਐਸ ਵਨ ਦੀ ਗੱਲ ਕੀਤੀ ਜਿਹੜੀ, ਟੀ ਐਸ ਵਨ ਉਹ ਕਿਹਦੇ ਨਾਮ ਤੇ ਹੈ? ਪਾਲ ਸਿੰਘ ਦੇ ਨਾਮ ਤੇ। ਪਾਲ ਸਿੰਘ ਮੇਰੇ ਪਿਤਾ ਜੀ। ਸਾਨੂੰ ਨੀ ਪਤਾ ਹਜੇ ਤੱਕ ਕੁਛ ਨੀ, ਪਰਸੋਂ ਦਾ ਹੋਇਆ, ਪਰਸੋਂ ਦਾ ਮੈਂ ਗੇੜੇ ਖਾਂਦਾ ਲੋਕਾਂ ਦੇ ਘਰੇ ਪੈਂਦਾ ਕਰਦਾ, ਰਿਸ਼ਤੇਦਾਰੀਆਂ ਚ ਕਿੱਥੇ ਰਹਿ ਰਹੇ ਹੋ ਤੁਸੀਂ? ਹੁਣ ਮੈਂ ਆਪਦੇ ਚਾਚੇ ਦੇ ਮੁੰਡਿਆਂ ਦੇ ਗਾਂ ਕਿਸੇ ਦੇ ਘਰੇ ਰਹਿ ਰਿਹਾ, ਉੱਥੇ ਮੇਰਾ ਸਮਾਨ। ਕੋਠੀ ਤੁਹਾਡੀ ਹੈ, ਤੁਸੀਂ ਇੱਥੇ ਰਹਿੰਦੇ ਹੁੰਦੇ? ਹਾਂਜੀ ਪਿਛਲੇ ਸਾਲ ਮੈਂ ਇੱਥੇ ਰਿਹਾ, ਜੇ ਨਹੀਂ ਗਾ ਤੇ ਮੈਂ ਉੱਥੇ ਸਾਰਾ ਕੁਝ ਸਮਾਨ ਦੱਸ ਸਕਦਾ ਹੁਣ ਮੇਰਾ ਕੀ ਪਿਆ ਵਾ ਉੱਥੇ। ਮੇਨ ਗੇਟ ਦੀ ਚਾਬੀ ਕਿਹਦੇ ਕੋਲ? ਮੇਨ ਗੇਟ ਦੀਆਂ ਚਾਬੀਆਂ ਉਹ ਚੱਕ ਕੇ ਲੈ ਕੇ ਸਾਰਾ ਕੁਝ। ਪਿਛਲੇ ਸਾਲ ਮੈਂ ਇੱਥੇ ਰਿਹਾ ਮੈਂ ਘਰੇ, ਉਹਦੇ ਬਾਅਦ ਮੈਂ ਉਹ ਖੁੱਲਾ ਛੱਡ ਗਿਆ, ਮੈਂ ਇਕੱਲੇ ਕਮਰੇ ਨੂੰ ਜਿੰਦਾ ਲਾ ਗਿਆ, ਕਿਉਂਕਿ ਮੈਨੂੰ ਮੈਂ ਕਿਹਾ ਚੱਲ ਜਿੰਦਾ ਲਾ ਕੇ ਰੱਖ ਦਿੰਦੇ ਹਾਂ ਇਹਨੂੰ ਕਮਰੇ ਨੂੰ, ਅਤੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਰਹੇ ਆ। ਫਿਰ ਮੇਰੇ ਭਰਾ ਨੇ ਉੱਥੇ ਕੋਠੀ ਪਾ ਕੇ ਦਿੱਤੀ ਇਹਨੂੰ, ਉੱਥੇ ਉਹ ਸਾਰਾ ਕੁਛ ਲੈ ਗਿਆ, ਸਾਰਾ ਕੁਛ ਆਪਦਾ ਜਿਹੜਾ ਸਮਾਨ ਸੀ ਲੈ ਗਏ ਸੀ। ਵਸੀਅਤ ਦੀ ਗੱਲ ਕੀਤੀ ਜਾ ਰਹੀ, ਵਸੀਅਤ ਤੁਹਾਡੀ ਦਾਦੀ ਵੱਲੋਂ ਜਿਹੜੀ ਹੈਗੀ ਆ ਕੀਤੀ ਹੋਈ ਹੈ ਕਿਸੇ ਨੂੰ, ਕੀ ਵਸੀਅਤ ਦੇ ਵਿੱਚ ਕੌਣ ਹੈ ਜਿਹਨਾਂ ਦੇ ਵਿੱਚ ਹੋਈ ਹੈ?
ਸੀ ਤਾਂ ਹੁਣ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਇਹਨੇ ਕਰਾਈ ਆ, ਜਾਲੀ ਕਰਾਈ ਆ, ਕਿਵੇਂ ਕਰਾਈ ਆ, ਸਾਨੂੰ ਕੁਛ ਨਹੀਂ ਪਤਾ ਸੀਗਾ। ਨਾ ਪਿਛਲੇ ਸਾਲ ਇੱਥੇ ਮੈਂ ਰਿਹਾ, ਨਾ ਕੋਈ ਗੱਲਬਾਤ, ਉਦੋਂ ਵੀ ਮਾਤਾ ਤਾਂ ਪੂਰੀ ਹੋਈ ਸੀ, ਕੋਈ ਗੱਲਬਾਤ ਨਹੀਂ ਕਿਸੇ ਨੇ। ਹਾਂਜੀ ਸ਼ਿਕਾਇਤ ਇੱਥੇ ਅਸੀਂ ਥਾਣੇ ਦੇ ਵਿੱਚ ਕੀਤੀ ਆ। ਥਾਣੇ ਦੇ ਵਿੱਚ ਵੀ ਆਇਆ ਸੀ ਤਾਂ ਪੁਲਿਸ ਸਾਹਿਬ ਨੇ ਕਹਿ ਰਿਹਾ ਸੀ ਹਾਂ ਪੁਲਿਸ ਵਾਲੇ ਨੇ ਕਿਹਾ ਸੀ ਕੱਲ੍ਹ ਇਹਨੂੰ ਥਾਣੇ 'ਚ ਸੱਦਿਆ ਗਿਆ ਸੀ, ਸੱਦ ਕੇ ਉਹਨਾਂ ਨੇ ਕਿਹਾ ਸੀ ਵੀ ਜਾ ਕੇ ਚਾਬੀਆਂ ਉਹਨੇ ਜਾ ਕੇ ਲੋਕ ਖੋਲ੍ਹ ਲਏ। ਮੁੜ ਕੇ ਜਦੋਂ ਐਸ ਐਚ ਓ ਨੇ ਕਿਹਾ ਸੀਗਾ, ਐਸ ਐਚ ਓ ਨੇ ਕਹਿ ਕੇ ਹੁਣ ਕਹਿ ਜਾ ਕੇ ਖੋਲ੍ਹ ਦੇ, ਕਹਿੰਦਾ ਹਾਂ ਮੈਂ ਖੋਲ੍ਹ ਦੇਣਾ ਜਾ ਕੇ। ਅਤੇ ਮੁੜ ਕੇ ਪੁਲਿਸ ਦੇ ਸਾਰੇ ਬੰਦੇ 40 ਬੰਦੇ ਜਿਹੜੇ ਉੱਥੇ ਜਾ ਕੇ ਖੜ੍ਹੇ ਰਹੇ, ਉੱਥੇ ਕੋਈ ਗਿਆ ਨਹੀਂ, ਕੋਈ ਨਾ ਲੋਕ ਖੋਲ੍ਹਿਆ ਨਹੀਂ। ਰਾਤ ਮੌਕੇ 'ਤੇ ਪੁਲਿਸ ਵੀ ਗਈ ਸੀ, ਰਾਤ ਉੱਥੇ ਐਸ ਐਚ ਓ ਗਿਆ ਵਾ, ਡਿਪਟੀ ਗਿਆ ਵਾ, ਸਾਰੇ ਉੱਥੇ ਜਾ ਕੇ ਮੌਕਾ ਵੇਖਿਆ ਉਹਨਾਂ ਨੇ। ਹਾਂਜੀ ਕੀ ਮੰਗ ਕਰਦੇ? ਮੰਗ ਅਸੀਂ ਤਾਂ ਇਹ ਕਰਦੇ ਵੀ ਮੈਨੂੰ ਕੋਠੀ ਦੀ ਐਂਟਰੀ ਕਰਾਈ ਜਾਵੇ। ਹੁਣ ਇਹ ਮਕਾਨ ਗੁਰਚਰਨ ਸਿੰਘ ਦਾ ਹੀ ਆ, ਪਹਿਲਾਂ ਇਹਦੇ ਪਿਓ ਦਾ ਸੀਗਾ, ਪਿਓ ਇਹਨੂੰ ਦੇ ਗਿਆ, ਕਨੈਕਸ਼ਨ ਬਿਲ ਦਾ ਇਹਦੇ ਨਾਂ 'ਤੇ ਆ, ਪ੍ਰੋਪਰਟੀ ਟੈਕਸ ਇਹ ਤਾਰਦਾ, ਇਹ ਮਕਾਨ ਇਹਦਾ ਹੀ, ਇਹਨੇ ਹੀ ਬਣਾਇਆ ਵਾ, 20-22 ਸਾਲ ਪਹਿਲਾਂ ਇਹਨੇ ਬਣਾਇਆ ਸੀ। ਪਹਿਲਾਂ ਸਾਡਾ ਪੁਰਾਣਾ ਚਵਾਰਾ ਹੁੰਦਾ ਸੀਗਾ ਇਹਨਾਂ ਦਾ, ਇੱਥੇ ਚਵਾਰਾ ਢਾ ਕੇ ਇਹਨਾਂ ਨੇ ਛੋਟਾ ਮਕਾਨ ਬਣਾਇਆ। ਹੁਣ ਮਕਾਨ ਦੇ ਵਿੱਚ ਕੌਣ ਰਹਿ ਰਿਹਾ ਸੀਗਾ? ਕੋਈ ਵੀ ਨਹੀਂ ਰਹਿ ਰਿਹਾ, ਖਾਲੀ ਸੀ। ਜਿਸ ਬੰਦੇ ਨੇ ਹੁਣ ਆ ਕੇ ਜਿੰਦਾ ਖੋਲ੍ਹ ਕੇ ਕਬਜ਼ਾ ਕੀਤਾ, ਇਹਨਾਂ ਦੇ ਭਰਾ ਨੇ ਹੀ ਉਹਨੂੰ ਬਾਹਰ ਮਕਾਨ ਪਾ ਕੇ ਦਿੱਤਾ ਵਾ, ਉਹਦੇ ਵਿੱਚ ਰਹਿ ਰਿਹਾ ਹੈਗਾ, ਇੱਥੇ ਕੋਈ ਨਹੀਂ ਰਹਿ ਰਿਹਾ। ਹੁਣ ਕੱਲ੍ਹ ਪਰਸੋਂ ਦਾ ਉਹਨੇ ਕਬਜ਼ਾ ਕਰ ਲਿਆ ਜਦੋਂ ਆਇਆ ਕਰਕੇ, ਹੁਣ ਅੰਦਰ ਬੈਠੇ ਆ। ਅੱਗੇ ਵੀ ਆਉਂਦੇ ਆ ਇੰਡੀਆ? ਇਹ ਪਿੱਛੇ 8-9 ਮਹੀਨੇ ਪਹਿਲਾਂ ਆਇਆ ਸੀ, ਉਦੋਂ ਇਸੇ ਮਕਾਨ 'ਚ ਰਹਿ ਕੇ ਗਿਆ ਸੀ। ਪੁਲਿਸ ਅਧਿਕਾਰੀ ਨਾਲ ਗੱਲਬਾਤ ਹੋਈ ਹੋਵੇ ਇਸ ਬਾਰੇ? ਆ ਮੇਰੇ ਨਾਲ ਹੀ ਹੈਗੇ ਨੇ, ਗੱਲਬਾਤ ਹੋਈ ਆ, ਸਾਨੂੰ ਕਹਿੰਦੇ ਰੁੱਕਾ ਭੇਜਦੇ ਆ, ਉੱਥੇ ਗਏ ਵੀ ਸੀ ਪਰ ਕੋਈ ਕਾਰਵਾਈ ਨਹੀਂ ਹਜੇ ਤੱਕ ਹੋਈ। ਇਹ ਲਾਲ ਲਕੀਰ ਦੇ ਵਿੱਚ ਜਗ੍ਹਾ, ਜੱਦੀ ਪੁਸ਼ਤੀ ਜਗ੍ਹਾ ਹੈ, ਸਾਡੇ ਦਾਦੇ ਪੜਦਾਦਿਆਂ ਦੀ ਜਗ੍ਹਾ, ਕੋਈ ਹੁਣ ਨਹੀਂ ਖਰੀਦੀ ਅਸੀਂ ਇਹਨਾਂ ਨੇ, ਇਹ ਦਾਦਿਆਂ ਪੜਦਾਦਿਆਂ ਦੀ ਜਗ੍ਹਾ ਸੀ। ਮੁੜ ਤੋਂ ਜਦੋਂ ਜੰਮੇ ਆ, ਮੇਰਾ 1964 ਦਾ ਬਰਥ ਆ, ਉਦੋਂ ਬਾਅਦ ਜਦੋਂ ਸੁੱਟ ਸੰਭਲੀ ਇਹ ਮਕਾਨ 'ਚ ਮੈਂ ਇਹਨਾਂ ਨੂੰ ਦੇਖਿਆ ਵਾ। ਟੈਕਸ ਵਗੈਰਾ ਜਿਹੜੇ ਤਾਰੇ ਗਏ ਆ, ਬਿੱਲ ਜਿਹੜੇ ਤਾਰੇ ਗਏ ਆ, ਉਹ ਕਿਹਦੇ ਨਾਮ 'ਤੇ ਕੌਣ ਤਾਰਦਾ ਰਿਹਾ? ਟੈਕਸ ਹੁਣ ਗੁਰਚਰਨ ਸਿੰਘ ਨੇ ਦੇ ਨਾਂ 'ਤੇ ਤਾਰਦੇ ਆ, ਪਹਿਲਾਂ ਪ੍ਰੋਪਰਟੀ ਇਹਦੇ ਬਾਪ ਦੇ ਨਾਂ 'ਤੇ ਸੀ। ਹਾਂਜੀ ਟੀ ਐਸ ਵਨ ਤਾਂ ਪਾਲ ਸਿੰਘ ਦੇ ਨਾਂ 'ਤੇ ਆ, ਜੇ ਉਹਨੇ ਕੋਈ ਬਣਾਇਆ ਹੈਗਾ ਉਹ ਜਾਲੀ ਆ। ਪਾਲ ਸਿੰਘ ਇਹਨਾਂ ਦਾ ਫਾਦਰ ਆ ਗੁਰਚਰਨ ਸਿੰਘ ਦਾ। ਕੋਈ ਵਸੀਤ ਨਹੀਂ ਕਰਾਈ ਗਈ, ਉਹ 84 ਸਾਲ ਦੀ ਸਾਡੀ ਮਾਸੀ ਸੀ ਮੁਹੱਲੇ ਦੇ ਵਿੱਚੋਂ, ਉਹਦਾ ਦਿਮਾਗੀ ਤੌਰ 'ਤੇ ਹਿੱਲ ਚੁੱਕੀ ਸੀ, ਉਹਦਾ ਵਸੀਤ ਕਰਾਉਣ ਦੇ ਯੋਗ ਹੀ ਨਹੀਂ ਸੀ ਪਹਿਲਾਂ ਤਾਂ। ਉਹਨੇ ਡੈਥ ਪਿਛਲੇ ਸਾਲ ਹੀ ਹੋਈ ਹੈ। ਵਸੀਤ ਅਸੀਂ ਇੱਥੇ ਦੇਖੀ ਸੀ ਇਹਨਾਂ ਕੋਲ 19 'ਚ ਹੋਈ ਹੋਈ ਆ, ਉਹਦਾ ਸਾਨੂੰ ਪਤਾ ਨਹੀਂ, ਪਰ ਇੱਥੇ ਪੁਲਿਸ ਕੋਲ ਦੇਖੀ ਸੀ। ਮੰਗ ਤਾਂ ਅਸੀਂ ਇਹਦੀ ਸਾਰਾ ਮੁਹੱਲਾ ਹੀ ਕਰਦੇ ਹਾਂ, ਇਕੱਲਾ ਮੈਂ ਨਹੀਂ ਕਰਦਾ, ਸਾਰਾ ਮੁਹੱਲਾ ਹੀ ਮੰਗ ਕਰਦਾ ਵੀ ਇਹਨੂੰ ਇਹਦਾ ਮਕਾਨ ਦਵਾਇਆ ਜਾਵੇ। ਸਰਕਾਰ ਕਈ ਤਾਂ ਜਾਂਦੀ ਆ ਪਰ ਕਹੇ ਪਾਸੇ ਧੱਕੇ ਖਾਈ ਜਾਂਦਾ, ਅਸੀਂ ਕਦੇ ਕਿਸੇ ਦੇ ਘਰੇ ਪਾਉਣੇ, ਕਦੇ ਕਿਸੇ ਦੇ ਘਰੇ ਪਾਉਣੇ ਆ, ਤਾਂ ਹਰੇਕ ਬੰਦਾ ਘਰ ਵੀ ਪਵਾ ਕੇ ਰਾਜੀ ਨਹੀਂ ਬਗਾਨੇ ਬੰਦੇ ਨੂੰ, ਅਤੇ ਕਿਸੇ ਨੇ ਗੁਰਦੁਆਰੇ ਵੀ ਰਿਹਾ ਵਾ। ਇਹ ਗੁਰਚਰਨ ਸਿੰਘ ਅਮਰੀਕਾ ਤੋਂ ਆਇਆ ਸੀਗਾ, ਇਹਨਾਂ ਦਾ ਕੋਈ ਮਾਸੀ ਦਾ ਲੜਕਾ ਹੀ ਲੱਗਦਾ, ਉਹਨੂੰ ਇਹ ਮਤਲਬ ਕਿ ਸਪੋਰਟ ਮਤਲਬ ਕਿ ਘਰ ਸਾਂਭਣ ਲਈ ਦੇ ਕੇ ਗਏ ਸੀਗੇ। ਮਤਲਬ ਕਿ ਇਹਨਾਂ ਨੇ ਕਿਹਾ, ਇਹਦੀ ਮਦਰ ਵੀ ਰਹਿੰਦੀ ਸੀ ਇੱਥੇ, ਮਦਰ ਨੇ ਹੁਣ ਇਹਨੇ ਲੋਕ ਲਾਤੇ ਜਿਹਨੂੰ ਸਾਂਭ ਕੇ ਗਏ ਸੀ, ਉਹ ਕਹਿੰਦਾ ਵੀ ਮੈਨੂੰ ਇਹਦੀ ਮਦਰ ਨੇ ਮੇਰੇ ਨਾਂ ਕਰਾਤਾ ਹੈ ਮਕਾਨ, ਇਹ ਕਹਿੰਦਾ ਵੀ ਮਕਾਨ ਨਹੀਂ ਮਿਲਿਆ। ਹੁਣ ਦੋਨਾਂ ਪਾਰਟੀਆਂ ਨੂੰ ਬੁਲਾਇਆ ਹੈ, ਦੋਨਾਂ ਪਾਰਟੀਆਂ ਨੂੰ ਬੁਲਾ ਕੇ ਦੇਖਦੇ ਹਾਂ ਵੀ ਕੀ ਕੌਣ ਸੱਚਾ ਕੌਣ ਝੂਠਾ, ਸਾਡੇ ਕੋਲ ਇਨਵੈਸਟੀਗੇਸ਼ਨ ਚੱਲਦੀ ਆ, ਉਦੋਂ ਬਾਅਦ ਇਹ ਦੱਸ ਸਕਾਂਗੇ ਕਿਹਦਾ ਮਕਾਨ ਹੈ ਕਿਹਦਾ। ਉਹ ਰਿਕਾਰਡ ਚੈੱਕ ਕਰ ਲੈਂਦੇ ਜੇ ਉਹਨਾਂ ਦੇ ਨਾਂ 'ਤੇ ਹੋਇਆ ਤਾਂ ਫਿਰ ਉਹਨਾਂ ਦਾ।
ਫਿਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਡਾਕੂਮੈਂਟ ਵੀ ਸਾਰੇ ਮੇਰੇ ਕੋਲ ਹੈ, ਇਸ ਵੱਲ ਵੀ ਹੈਗਾ, ਪਰ ਗਲਤ ਜਿਹੜਾ ਕੰਮ ਹੋਇਆ ਹੈਗਾ, ਚਾਬੀਆਂ ਦਿੱਤੀਆਂ ਗਈਆਂ, ਦੁਬਾਰੇ ਪੁਲਿਸ ਨੇ ਵੀ ਚਾਬੀਆਂ ਦੇਣ ਦੀ ਗੱਲ ਕਹੀ, ਬੁਲੰਦਾ ਨਹੀਂ ਆਇਆ। ਮੇਰੇ ਕੋਲ ਕੱਲ੍ਹ ਆਏ ਸੀ ਦੋਨੇ ਆਪਸ ਵਿੱਚ, ਸਮਝੌਤਾ ਕਰ ਗਏ ਸੀ ਵੀ ਅਸੀਂ ਕਾਗਜ਼ ਚੈੱਕ ਕਰ ਲਓ ਦੋਨਾਂ ਦੇ, ਪਰ ਉੱਥੇ ਜਾ ਕੇ ਫਿਰ ਇਹਨਾਂ ਦਾ ਡਿਸਪਿਊਟ ਪੈ ਗਿਆ। ਹੁਣ ਅਸੀਂ ਆਪਣੇ ਕੋਲ ਬੁਲਾਇਆ, ਪਹਿਲਾਂ ਕੱਲ੍ਹ ਪੰਚਾਇਤੀ ਤੌਰ 'ਤੇ ਨਾ ਨਿਬੜ ਗਿਆ ਸੀ, ਹੁਣ ਅਸੀਂ ਆਪਣੇ ਕੋਲ ਤੌਰ 'ਤੇ ਬੁਲਾਇਆ, ਹੁਣ ਦੇਖਦੇ ਹਾਂ ਕੀ ਬਣਦਾ। ਦੋਨਾਂ ਦੇ ਡਾਕੂਮੈਂਟ ਚੱਕ ਕੇ ਜਿਹੜੇ ਜੋ ਜਿਹਾ ਗਲਤ ਹੋਊਗਾ ਉਹਦੇ ਅਗੇਂਸਟ ਕਾਨੂੰਨੀ ਕਾਰਵਾਈ।